ਫਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਵਾਲ ਕੀਤੇ ਗਏ ਪਰ ਹਰਸਿਮਰਤ ਕੌਰ ਬਾਦਲ ਜਵਾਬ ਦੇਣ ਤੋਂ ਭੱਜੇ ਜਦ ਕਿਸਾਨ ਜਥੇਬੰਦੀਆਂ ਵੱਲੋਂ ਸਵਾਲ ਕੀਤੇ ਗਏ ਤਾਂ ਸਿੱਧਾ ਜਵਾਬ ਦੇਣ ਲਈ ਨਾ ਆਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ ਗਿਆ ਤਾਂ ਹਰਸਿਮਰਤ ਕੌਰ ਬਾਦਲ ਦੇ ਨਾਲ ਗਨਮੈਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 1 ਕਿਲੋਮੀਟਰ ਤੱਕ ਗੱਡੀ ਦੇ ਬੋਨਟ 'ਤੇ ਬਿਠਾ ਕੇ ਕੜੀਸ 'ਤੇ ਲੈ ਗਏ ਅਤੇ ਯੂਨੀਅਨ ਦੇ ਵਰਕਰਾਂ ਨੂੰ ਸੱਟਾਂ ਵੀ ਲੱਗ ਗਈਆਂ। जवाब दे उन्हें मेरे उत्ते गड्डी चढ़ाने की कोशिश की है। मैं 1.5 किलो बोनट के उत्ते लमकदा आया हाँ, हार के मैं डिगा आया बोनट तो 1.5 किलोमीटर बाद 1.5 किलोमीटर कट्टा मारदा रहा, ब्रेका मारदा रहा मैनू थले देन दी। असी चाहते हैं हुण दे 307 दा परचा दर्ज होवे, असी कोई गुंडागर्दी नहीं करनी। उन्होंने अगों फायरिंग भी की है पर वह फायरिंग की जदों मैनू डिग्गिया है लोगों को गुस्सा चढ़िया है। सानू नहीं पता किहड़े लोगों ने मुड़ के डांग वराई है पर इस गल तो लोगों को गुस्सा जान के चढ़ाया गया। फायरिंग अकाली दल वालों की गई जी, पर बंदे किहड़े की पता नहीं, पर अकालिया ने फायरिंग की। पांच बंदे आ जाओ, थोड़ी गल करावांगे, गल करा के थोनू फिर जान देंगे।
ਅਸੀਂ ਘੱਟੋ ਘੱਟ 10 ਵੇਰਾਂ ਇਹਨਾਂ ਨੂੰ ਖਲਸ਼ਾ ਜ਼ਾਹਰ ਕੀਤਾ ਹੈ ਕਿ ਇਹ ਉਹ ਜਿਹੜਾ ਅਕਾਲੀ ਲੀਡਰ ਕਿਹੜਾ ਹੈ ਕਿਹੜਾ ਚਲੋ ਜਿੰਦੂ ਨੂੰ। ਆਵਾਜ਼ ਕਾਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।